ਉਹ ਰੱਜਿਆ ਸ਼ਰਾਬ ਦੇ ਨਾਲ ਇੱਥੇ ਮੰਦਰ 'ਤੇ ਆਣ ਕੇ, ਆਹ ਮੇਰੀ ਗੁੜੀਆ ਮੰਦਰ 'ਤੇ ਰਹਿੰਦੀ ਆ, ਇਹਨੂੰ ਗਾਲ ਮੰਦਾ ਕੱਢਣ ਲੱਗ ਪਿਆ। ਅਤੇ ਜਦੋਂ ਵੇਖਿਆ ਮੇਰੀ ਕੁੜੀ ਨੂੰ ਗਾਲ ਮੰਦਰਾ ਕੱਢਣ ਡਿਆ ਸੀ, ਤਾਂ ਆਪਾਂ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਇਹਨੇ ਪਿਸਤੌਲ ਕੱਢੀ ਅਤੇ ਮੇਰੇ ਕੰਨ 'ਤੇ ਰੱਖ ਦਿੱਤੀ। ਨਾਲੇ ਮੇਰੀ ਕੁੜੀ ਨੂੰ ਗਾਲਾਂ ਕੱਢਦਾ, ਕਦੀ ਸਾਨੂੰ ਕੱਢਦਾ। ਆਪਣੀ ਬੇਟੀਆਂ ਨੂੰ ਲੈ ਕੇ ਅੰਦਰ ਬੈਠੀ ਹੋਈ ਸੀ, ਕਾਲੂ ਛਪਾਈ ਆਇਆ, ਸ਼ਰਾਬ ਨਾਲ ਰੱਜਿਆ, ਬੜੀ ਗਾਲੀ ਗਲੋਚ ਕੀਤੀ, ਹੱਥੀਂ ਪੈਣ ਤੱਕ ਗਿਆ ਸਾਡੇ। ਮਾਮਲਾ ਅੰਮ੍ਰਿਤਸਰ ਦੇ ਥਾਣਾ ਮੋਹਕਮਪੁਰਾ ਅਧੀਨ ਆਉਂਦੇ ਸਰਵ ਧਰਮ ਏਕਤਾ ਮੰਦਿਰ ਛੋਟਾ ਵਿਸ਼ਾਲਾ ਦਾ, ਜਿੱਥੇ ਇੱਕ ਸ਼ਰਾਬ ਦੇ ਨਸ਼ੇ 'ਚ ਧੁੱਤ ਪੁਲਿਸ ਮੁਲਾਜ਼ਮ ਦੇ ਵੱਲੋਂ ਗਾਲਾਂ ਕੱਢੀਆਂ ਗਈਆਂ, ਇੱਥੋਂ ਤੱਕ ਕਿ ਮੰਦਿਰ ਦੇ ਪ੍ਰਬੰਧਕਾਂ 'ਤੇ ਪਿਸਤੌਲ ਤੱਕ ਵੀ ਤਾਣ ਦਿੱਤੀ ਅਤੇ ਨਸ਼ੇ ਦੇ ਵਿੱਚ ਬੇਸੁੱਧ ਹੋਏ ਪੁਲਿਸ ਮੁਲਾਜ਼ਮ ਦੀ ਪਿਸਟਲ ਵੀ ਜਿਹੜੀ ਮੰਦਿਰ ਦੇ ਵਿੱਚ ਡਿੱਗ ਗਈ। ਇਸ ਸੰਬੰਧੀ ਮੰਦਿਰ ਦੇ ਪ੍ਰਧਾਨ ਭਰਤ ਭੂਸ਼ਣ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਸਾਹਮਣੇ ਕਿਹਾ ਕਿ ਆਏ ਦਿਨ ਹੀ ਇਹ ਪੁਲਿਸ ਮੁਲਾਜ਼ਮ ਨਸ਼ੇ ਦੀ ਹਾਲਤ ਦੇ ਵਿੱਚ ਧੁੱਤ ਹੋ ਕੇ ਮੰਦਿਰ ਦੇ ਵਿੱਚ ਆਉਂਦਾ ਹੈ ਅਤੇ ਉਹਨਾਂ ਦੀ ਬੇਟੀ ਦੇ ਨਾਲ ਇਹ ਬਦਸਲੂਕੀ ਕਰਦਾ। ਸੋ ਅਜਿਹੇ ਦੋਸ਼ ਨੇ ਮੰਦਿਰ ਦੇ ਪ੍ਰਬੰਧਕਾਂ ਦੇ ਵੱਲੋਂ ਲਗਾਏ ਗਏ ਨੇ। ਸੋ ਹੋਰ ਕੀ ਕੁਝ ਕਹਿਣਾ ਹੈ ਉਹਨਾਂ ਦਾ, ਤੁਸੀਂ ਵੀ ਸੁਣੋ। ਮੈਂ ਮੰਦਿਰ ਦਾ ਪ੍ਰਧਾਨ ਆ, ਇੱਥੇ ਕੱਲ ਇੱਕ ਕਾਲੂ ਛਪਾਈ ਹੈਗਾ ਜਿਹਦਾ 3456 ਬੈਲਟ ਨੰਬਰ ਆ, ਉਹ ਰੱਜਿਆ ਸ਼ਰਾਬ ਦੇ ਨਾਲ ਇੱਥੇ ਮੰਦਿਰ 'ਤੇ ਆਣ ਕੇ, ਆਹ ਮੇਰੀ ਗੁੜੀਆ ਮੰਦਿਰ 'ਤੇ ਰਹਿੰਦੀ ਆ, ਇਹਨੂੰ ਗਾਲ ਮੰਦਾ ਕੱਢਣ ਲੱਗ ਪਿਆ। ਜਿੱਧਰੋਂ ਉੱਧਰੋਂ ਮੈਂ ਵੀ ਘਰੋਂ ਆਉਣ ਡਿਆ ਆਪਣੀ ਘਰ ਦੀ ਨਾਲ ਲੈ ਕੇ, ਅਤੇ ਜਦੋਂ ਵੇਖਿਆ ਮੇਰੀ ਕੁੜੀ ਨੂੰ ਗਾਲ ਮੰਦਰਾ ਕੱਢਣ ਡਿਆ ਸੀ, ਤਾਂ ਆਪਾਂ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਇਹਨੇ ਪਿਸਤੌਲ ਕੱਢੀ ਅਤੇ ਮੇਰੇ ਕੰਨ 'ਤੇ ਰੱਖ ਦਿੱਤੀ। ਤੋਂ ਬਾਅਦ ਪਬਲਿਕ ਇਕੱਠੀ ਹੋ ਗਈ ਤਾਂ ਭੱਜਣ ਲੱਗਾ ਅਤੇ ਪਿਸਤੌਲ ਇਹਦੀ ਡਿੱਗ ਗਈ, ਤਾਂ ਜੋ ਮੇਰੀ ਗੁੜੀਆਂ ਨੇ ਫੜ ਲਈ, ਮੇਰੀ ਗੁੜੀਆਂ ਨੇ ਫੜ ਕੇ ਇੱਥੋਂ ਮੁਲਾਜ਼ਮ ਆਪਣੇ ਸਨ ਸਿਟੀ ਦੇ ਮੋੜ 'ਤੇ ਖਲੋਤੇ ਹੁੰਦੇ ਉਹਨਾਂ ਨੂੰ ਬੁਲਾਇਆ ਤਾਂ ਉਹਨਾਂ ਨੂੰ ਦੇ ਦਿੱਤੀ। ਆਹ ਹਮੇਸ਼ਾ ਹੀ ਹੁੰਦਾ, ਨਾਲੇ ਮੇਰੀ ਕੁੜੀ ਨੂੰ ਗਾਲਾਂ ਕੱਢਦਾ, ਕਦੀ ਸਾਨੂੰ ਕੱਢਦਾ। ਕੋਈ ਪੁਰਾਣੀ ਰੰਜਿਸ਼ ਨਹੀਂ ਆ, ਐਵੇਂ ਨਜਾਇਜ਼ ਕਰਦਾ, ਹਰਾਸਮੈਂਟ ਕਰਦਾ ਸਾਨੂੰ। ਆਹ ਛੋਟਾ ਛਵਾਲਾ ਸਨ ਸਿਟੀ ਮੋਲ ਸਰਵ ਧਰਮ ਏਕਤਾ ਮੰਦਰ, ਥਾਣੇ ਜਾ ਕੇ ਕੋਈ ਕੰਪਲੇਂਟ ਲਿਖਾਈ? ਹਾਂ, ਮੇਰੀ ਗੁੜੀਆਂ ਨੇ ਲਿਖਵਾਈ ਆ ਕੰਪਲੇਂਟ। ਤੇ ਪੁਲਿਸ ਵੱਲੋਂ ਕੀ ਕਿਹਾ? ਪੁਲਿਸ ਵੱਲੋਂ ਅਜੇ ਕੋਈ ਕਾਰਵਾਈ ਨਹੀਂ ਆ। ਆਪਣੀ ਬੇਟੀਆਂ ਨੂੰ ਲੈ ਕੇ ਅੰਦਰ ਬੈਠੀ ਹੋਈ ਸੀ, ਕਾਲੂ ਛਪਾਈ ਆਇਆ, ਸ਼ਰਾਬ ਨਾਲ ਰੱਜਿਆ, ਬੜੀ ਗਾਲੀ ਗਲੋਚ ਕੀਤੀ, ਬੜਾ ਮਤਲਬ ਕਿ ਇੱਥੇ ਖਲਾਰਾ ਪਾ ਕੇ ਗਿਆ, ਬੰਦੂਕ ਕੱਢੀ, ਮੇਰੇ ਪਾਪਾ ਨੂੰ ਬੰਦੂਕ ਦਿਖਾਉਣ ਲੱਗਾ, ਫਿਰ ਅਸੀਂ ਉਹਨੂੰ ਰੋਕਿਆ, ਸੰਗਤ ਨੇ ਵੀ ਰੋਕਿਆ, ਮੌਜੂਦ ਆ, ਪੰਡਿਤ ਜੀ ਵੀ ਇੱਥੇ ਹਾਜ਼ਰ ਸਨ, ਕੱਲ੍ਹ 12 ਵਜੇ ਦਾ ਕੰਮ ਆਏ, ਉਹਨਾਂ ਰੋਕਿਆ, ਬੜੀ ਗਾਲੀ ਗਲੋਚ ਕੀਤੀ, ਹੱਥੀਂ ਪੈਣ ਤੱਕ ਗਿਆ ਸਾਡੇ, ਮੇਰੇ ਲੱਤਾਂ ਮਾਰੀਆਂ, ਸੱਟ ਲੱਗੀ, ਮੇਰੀ ਮੰਮੀ ਦੇ ਵੀ ਕੱਲ੍ਹ ਵਾਲ ਪੁੱਟਣ ਤੱਕ ਗਿਆ ਏ, ਬੜਾ ਇਹਨਾਂ ਨੂੰ ਰੋਕਿਆ, ਮੁਲਾਜ਼ਮਾਂ ਨੂੰ ਵੀ ਰੋਕਿਆ, ਉਲਟ ਸਾਨੂੰ ਬੋਲਣ ਲੱਗ ਗਏ ਕਿ ਅਸੀਂ ਤੁਹਾਨੂੰ ਆਹ ਕਰ ਦੇਣਾ, ਇੱਦਾਂ ਕਰ ਦੇਣਾ ਵਾ, ਤੁਸੀਂ ਮੈਨੂੰ ਜਾਣਦੇ ਨਹੀਂ, ਸਾਨੂੰ ਧਮਕੀਆਂ ਦੇਣ ਲੱਗ ਗਏ, ਅਤੇ ਮੇਰੀ ਇਹੀ ਗੁਜ਼ਾਰਿਸ਼ ਹੈਗੀ ਆ ਕਿ ਸਾਨੂੰ ਨਿਆਂ ਕੀਤਾ ਜਾਵੇ। ਦੂਜੇ ਪਾਸੇ ਜਦੋਂ ਇਸ ਸੰਬੰਧੀ ਥਾਣਾ ਮੋਹਕਮਪੁਰਾ ਦੀ ਪੁਲਿਸ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਸ ਪੂਰੇ ਮਾਮਲੇ ਦੀ ਡੂੰਘਾਈ ਦੇ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਕੱਲ੍ਹ ਦਾ ਮਸਲਾ ਮੇਰੇ ਜਿਹੜਾ ਨੋਟਿਸ ਵਿੱਚ ਆਇਆ, ਅਤੇ ਇਸ ਸੰਬੰਧੀ ਜਿਹੜਾ ਮੈਂ ਵੇਰੀਫਾਈ ਕਰ ਰਿਹਾ, ਅਤੇ ਜਿਨ੍ਹਾਂ ਨੂੰ ਕੰਪਲੇਂਟ ਦਿੱਤੀ ਗਈ ਉਹਨਾਂ ਨੂੰ ਬੁਲਾਇਆ ਗਿਆ ਥਾਣੇ, ਅਤੇ ਥਾਣੇ ਬੁਲਾ ਕੇ ਇਸ ਦੇ ਵਿੱਚ ਜੋ ਵੀ ਬਣਦਾ ਹੋਊਗਾ, ਜੇ ਕੋਈ ਕਾਰਵਾਈ ਬਣਦੀ ਹੋਊ ਉਹ ਕਾਰਵਾਈ ਕੀਤੀ ਜਾਊਗੀ। ਇਸ ਤੋਂ ਇਲਾਵਾ ਇਹ ਵੇਰੀਫਾਈ ਕਰਾਂਗੇ ਵੀ ਇਹਨੇ ਮੁਲਾਜ਼ਮ ਨੇ ਉੱਥੇ ਆਪਣਾ ਵੈਪਨ ਉਹਨਾਂ ਨੂੰ ਦਿਖਾਇਆ ਕਿ ਇਹਨੂੰ ਯੂਜ਼ ਕੀਤਾ ਕਿ ਨਹੀਂ ਕੀਤਾ। ਉਹਨਾਂ ਵੱਲੋਂ ਕਿਹਾ ਗਿਆ ਕਿ ਵੈਪਨ ਉਹਦੇ ਹੱਥੋਂ ਡਿੱਗਾ, ਉਸ ਤੋਂ ਬਾਅਦ ਚੌਂਕ 'ਚੋਂ ਮੁਲਾਜ਼ਮਾਂ ਨੂੰ ਬੁਲਾ ਕੇ ਉਹਨਾਂ ਨੂੰ ਉਹਦਾ ਵੈਪਨ ਵੀ ਦਿੱਤਾ ਗਿਆ, ਵਾਪਸ ਦਿੱਤਾ ਗਿਆ, ਅਤੇ ਬੰਦਾ ਵੀ ਹਵਾਲੇ ਕੀਤਾ ਗਿਆ ਪੁਲਿਸ ਦੇ। ਹਾਂਜੀ, ਉਹ ਮੁਲਾਜ਼ਮ ਨੂੰ ਲਿਆਂਦਾ ਸੀ, ਉਹਨੂੰ ਲਿਆ ਕੇ ਅਸੀਂ ਉਹਦਾ ਜਿਹੜਾ ਵੀ ਮੁਲਾਜ਼ਮ ਵੀ ਕਰਾਇਆ ਸੀ,
ਅਤੇ ਇਸ ਤੋਂ ਇਲਾਵਾ ਜਿਹੜਾ ਉਸ ਜਿਹੜਾ ਵੈਪਨ ਹੈ ਉਹਨੂੰ ਮੱਧਿਆ ਮਾਲ ਦੇ ਵਿੱਚ ਰੱਖਿਆ ਹੋਇਆ ਆਪਣੇ ਕੋਲ। ਮੁਲਾਜ਼ਮ ਦੇ ਵਿੱਚ ਉਹ ਕਹਿੰਦੇ 120% ਐਲਕੋਹਲ ਆ ਇਹੀ ਬੰਦਾ ਨਸ਼ੇ ਦੇ ਵਿੱਚ ਹੀਗਾ ਸੀ ਮੁਲਾਜ਼ਮ। ਨਹੀਂ ਰਿਪੋਰਟ ਨਹੀਂ ਮੈਂ ਦੇਖੀ ਹੈਗੀ, ਪਰ ਇਹਨਾਂ ਮੈਨੂੰ ਪਤਾ ਲੱਗਾ ਵੀ ਮੁਲਾਜ਼ਮਾਂ ਨੇ ਜਿਹੜਾ ਵੀ ਉਹਦਾ ਮੁਲਾਜ਼ਾ ਕਰਾਇਆ ਸੀ। ਸਰ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਉੱਥੇ ਦੇ ਪਰਿਵਾਰ ਮੰਦਿਰ ਦੇ ਬੰਦੇ ਸੀ ਉਹਨਾਂ ਨੂੰ ਕੁੱਟਿਆ ਵੀ ਗਿਆ ਉਹਨਾਂ ਮੁਲਾਜ਼ਮ ਨੂੰ। ਨਹੀਂ ਕੁੱਟ ਮਾਰ ਦੇ ਸੰਬੰਧੀ ਨਹੀਂ ਕੁਛ ਵੀ ਹਜੇ ਮੈਨੂੰ ਪਤਾ, ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਸੰਬੰਧੀ ਮੈਂ ਵੈਰੀਫਾਈ ਕਰਨਾ ਹਜੇ। ਚੜ੍ਹਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਬਬਲੂ ਮਹਾਜਨ ਦੀ ਵਿਸ਼ੇਸ਼ ਰਿਪੋਰਟ।